ਖਬਰ ਦਾ ਅੰਮ੍ਰਿਤਸਰ ਦੇ ਵਿੱਚ SGPC ਦਫ਼ਤਰ ਦੇ ਵਿੱਚ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। SGPC ਮੁਲਾਜ਼ਮ ਦਰਬਾਰਾ ਸਿੰਘ ਦਾ ਕਤਲ ਕਰ ਦਿੱਤਾ ਗਿਆ। ਸਾਥੀ ਮੁਲਾਜ਼ਮ ਸੁਖਬੀਰ ਸਿੰਘ 'ਤੇ ਜੋ ਕਿ ਕਤਲ ਦੇ ਇਲਜ਼ਾਮ ਲੱਗੇ ਨੇ, ਤਲਵਾਰ ਦੇ ਨਾਲ ਵਾਰ ਕਰਕੇ ਜਿਹੜਾ ਕਤਲ ਕੀਤਾ ਗਿਆ। ਵਾਰਦਾਤ ਤੋਂ ਬਾਅਦ ਜੋ ਕਿ ਮੁਲਜ਼ਮ ਸੁਖਬੀਰ ਸਿੰਘ ਆ ਉਹ ਫਰਾਰ ਹੋ ਗਿਆ। ਦਰਬਾਰਾ ਸਿੰਘ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਅਕਾਊਂਟ ਬ੍ਰਾਂਚ ਦਾ ਮੁਲਾਜ਼ਮ ਸੀ। ਅਕਾਊਂਟ ਬ੍ਰਾਂਚ ਦੇ ਵਿੱਚ ਖਾਣਾ ਖਾਂਦੇ ਵੇਲੇ ਜਿਹੜੀ ਕਿ ਪੂਰੀ ਖੂਨੀ ਝੜਪ ਹੁੰਦੀ ਹੈ, SGPC ਨੇ ਆਰੋਪੀ ਮੁਲਾਜ਼ਮ ਸੁਖਬੀਰ ਸਿੰਘ ਨੂੰ ਸਸਪੈਂਡ ਵੀ ਕਰ ਦਿੱਤਾ ਹੈ, ਜੋ ਸ਼੍ਰੋਮਣੀ ਕਮੇਟੀ ਦੇ ਵੱਲੋਂ ਪੂਰੀ ਕਾਰਵਾਈ ਕੀਤੀ ਗਈ ਹੈ। ਦਰਅਸਲ SGPC ਮੁਲਾਜ਼ਮ ਦਰਬਾਰਾ ਸਿੰਘ ਦਾ ਇਹ ਪੂਰਾ ਕਤਲ ਕੀਤਾ ਗਿਆ। SGPC ਦਫ਼ਤਰ ਦੇ ਵਿੱਚ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ। 1:30 ਵਜੇ ਦੀ ਇਹ ਪੂਰੀ ਘਟਨਾ, ਪੂਰੀ ਵਾਰਦਾਤ ਦੱਸੀ ਜਾ ਰਹੀ ਹੈ। ਜਦੋਂ ਕਿ ਖਾਣਾ ਖਾ ਰਹੇ ਸਨ ਤਾਂ ਖਾਣਾ ਖਾਂਦਿਆਂ ਜਿਹੜੀ ਕਿ ਆਪਸ ਦੇ ਵਿੱਚ ਉਹਨਾਂ ਦੀ ਝੜਪ ਹੁੰਦੀ ਹੈ, ਖੂਨੀ ਝੜਪ ਹੁੰਦੀ ਹੈ, ਅਤੇ ਇੱਥੋਂ ਤੱਕ ਪਹੁੰਚ ਜਾਂਦੀ ਹੈ ਕਿ SGPC ਮੁਲਾਜ਼ਮ ਦਰਬਾਰਾ ਸਿੰਘ ਦਾ ਸਾਥੀ ਮੁਲਾਜ਼ਮ ਦੇ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ। ਸਾਥੀ ਮੁਲਾਜ਼ਮ ਜਿਸਦਾ ਕਿ ਨਾਮ ਸੁਖਬੀਰ ਸਿੰਘ ਦੱਸਿਆ ਜਾ ਰਿਹਾ, ਜਿਸਦੇ ਕਿ ਪੂਰੇ ਕਤਲ ਦੇ ਇਲਜ਼ਾਮ ਲੱਗੇ ਨੇ, ਜਿਸਨੇ ਇੱਕ ਤਲਵਾਰ ਦੇ ਨਾਲ ਵਾਰ ਕਰਕੇ ਆਪਣੇ ਸਾਥੀ SGPC ਮੁਲਾਜ਼ਮ ਦਾ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਜੋ ਕਿ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ, ਅਗਲੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ। ਸਿੱਧਾ ਰੁਖ ਕਰਦੇ ਅੰਮ੍ਰਿਤਸਰ ਦਾ, ਸਾਡੇ ਸਹਿਯੋਗੀ ਰਾਜੀਵ ਸ਼ਰਮਾ ਲਾਈਵ ਜੁੜੇ ਹੋਏ ਨੇ। ਰਾਜੀਵ, ਹੁਣ ਤੱਕ ਦੀ ਕੀ ਕੋਈ ਜਾਣਕਾਰੀ, ਕੋਈ ਪੁਲਿਸ ਦਾ ਪੱਖ ਸਾਹਮਣੇ ਆ, ਕਿੱਥੋਂ ਤੱਕ ਕੀ ਕਾਰਵਾਈ ਪਹੁੰਚੀ ਹੈ, ਮੁਲਜ਼ਮ ਦਾ ਕੋਈ ਥੋਹ ਪਤਾ ਲੱਗਿਆ? ਦੇਖੋ, ਜਿੱਥੋਂ ਤੱਕ ਪੁਲਿਸ ਦੀ ਕਾਰਵਾਈ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਅਸੀਂ ਹੌਸਪੀਟਲ ਦੇ ਬਾਹਰ ਹੀ ਮੌਜੂਦ ਹਾਂ, ਤਾਂ ਪੁਲਿਸ ਦੀ ਜਿਸ ਤਰ੍ਹਾਂ ਪਹਿਲਾਂ ਵੀ ਤਸਵੀਰਾਂ ਦੇ ਵਿੱਚ ਮੈਂ ਦਿਖਾਇਆ ਕਿ ਗੱਡੀ ਇੱਥੇ ਮੌਜੂਦ ਹੈ, ਪੁਲਿਸ ਮੁਲਾਜ਼ਮ ਮੌਜੂਦ ਨੇ, ਔਰ ਜਿਹੜੇ SHO ਨੇ ਥਾਣੇ ਦੇ, ਕਿਉਂਕਿ ਦਰਬਾਰ ਸਾਹਿਬ ਦੇ ਨੇੜੇ ਥਾਣਾ ਕੋਤਵਾਲੀ ਹੈ ਤਾਂ ਉਸ ਥਾਣੇ ਦੇ ਅਧੀਨ ਇਹ ਇਲਾਕਾ ਆਉਂਦਾ, ਤਾਂ ਉਹ ਵੀ ਇੱਥੇ ਪਹੁੰਚੇ ਹੋਏ ਨੇ। SHO ਵੱਲੋਂ ਪਰਿਵਾਰ ਦੇ ਨਾਲ ਜੋ ਗੱਲਬਾਤ ਕੀਤੀ ਜਾ ਰਹੀ ਹੈ, ਬਿਆਨ ਦਰਜ ਕੀਤੇ ਜਾ ਰਹੇ ਨੇ। ਦੂਸਰੇ ਪਾਸੇ ਹੁਣ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ, ਕਿਉਂਕਿ ਪਹਿਲਾਂ ਇਸ ਬਾਰੇ ਜ਼ਿਆਦਾਤਰ ਜਾਣਕਾਰੀ ਜਿਹੜੀ SGPC ਵੱਲੋਂ ਸਾਂਝੀ ਨਹੀਂ ਸੀ ਕੀਤੀ ਜਾ ਰਹੀ, ਪਰ ਹੁਣ ਪਤਾ ਲੱਗ ਰਿਹਾ ਕਿ ਜਿਹੜਾ ਸੁਖਬੀਰ ਸਿੰਘ ਹੈ ਉਹ ਆਪਣੇ ਦੋ ਸਾਥੀਆਂ ਦੇ ਨਾਲ ਉੱਥੇ ਪਹੁੰਚਿਆ ਸੀ, ਔਰ 1:15 ਵਜੇ ਦੇ ਨੇੜੇ ਤੇੜੇ, ਕਿਉਂਕਿ ਖੁਦ ਮੁਲਾਜ਼ਮ ਹੈ ਔਰ ਉਸ ਨੂੰ ਪਤਾ ਸੀ ਕਿ ਲੰਚ ਟਾਈਮ 'ਤੇ ਬਹੁਤ ਘੱਟ ਜਿਹੜੇ ਮੁਲਾਜ਼ਮ ਨੇ ਉਹ ਉੱਥੇ ਮੌਜੂਦ ਰਹਿੰਦੇ ਨੇ, ਤਾਂ ਉਸ ਵੇਲੇ ਉਹ ਪਹੁੰਚਦਾ ਹੈ ਆਪਣੇ ਦੋ ਸਾਥੀਆਂ ਦੇ ਨਾਲ, ਔਰ ਉਸ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਦਰਬਾਰਾ ਸਿੰਘ 'ਤੇ। ਤਾਂ ਪਹਿਲਾਂ ਇਹ ਜਾਣਕਾਰੀ ਮਿਲ ਰਹੀ ਸੀ ਕਿ ਸ਼ਾਇਦ ਦੋਵੇਂ ਜ਼ਖਮੀ ਹੋਏ ਨੇ, ਪਰ ਹੁਣ ਤਾਜ਼ਾ ਜਿਹੜੀ ਅਪਡੇਟ ਇਹ ਹੈ ਕਿ ਸੁਖਬੀਰ ਸਿੰਘ ਹਮਲਾ ਕਰਨ ਤੋਂ ਬਾਅਦ ਫਰਾਰ ਹੋ ਚੁੱਕਾ ਹੈ, ਤਾਂ ਉਸਦੇ ਜਿਹੜੇ ਨਾਲ ਦੋ ਸਾਥੀ ਆਏ ਸੀ ਉਹ ਕੌਣ ਨੇ, ਉਸ ਬਾਰੇ ਵੀ ਜਾਂਚ ਕੀਤੀ ਜਾਏਗੀ। ਤਾਂ ਇੱਥੇ ਮੈਂ ਵੀ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਗੁਰਚਰਨ ਗਰੇਵਾਲ ਨੇ News 18 'ਤੇ ਇਹ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਦਾ ਕੋਈ ਪਰਿਵਾਰਕ ਵਿਵਾਦ ਹੈ, ਤਾਂ ਫਿਲਹਾਲ ਜਿਹੜੇ SGPC ਦੇ ਅਧਿਕਾਰੀ ਇੱਥੇ ਪਹੁੰਚੇ ਸੀ ਤਾਂ ਉਹਨਾਂ ਦਾ ਕਹਿਣਾ ਕਿ ਉਹਨਾਂ ਦੀ ਆਪਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰਿਸ਼ਤੇਦਾਰੀ ਨਹੀਂ ਹੈ, ਕਿਉਂਕਿ ਦਰਬਾਰਾ ਸਿੰਘ ਜੋ ਹੈ ਉਹ ਅੰਮ੍ਰਿਤਸਰ ਦੇ ਖੈਰਾਬਾਦ ਪਿੰਡ ਦਾ ਰਹਿਣ ਵਾਲਾ ਹੈ, ਜਦਕਿ ਸੁਖਬੀਰ ਸਿੰਘ ਜੋ ਹੈ ਉਹ ਸੁਲਤਾਨਵਿੰਡ ਰੋਡ 'ਤੇ ਜੋ SGPC ਦੇ ਕੁਆਟਰ ਨੇ ਉੱਥੇ ਉਹ ਰਹਿੰਦਾ ਹੈ। ਤਾਂ ਹੁਣ ਉਹ ਇਸ ਵੇਲੇ ਕਿੱਥੇ ਹੈ, ਕਿਉਂਕਿ ਪੁਲਿਸ ਹੁਣ ਇਸ ਬਾਰੇ ਜਾਂਚ ਕਰੇਗੀ, ਉਸ ਦੀ ਜਿਹੜੀ ਲਾਜ਼ਮੀ ਤੌਰ 'ਤੇ ਭਾਲ ਕੀਤੀ ਜਾਣੀ ਹੈ। ਤਾਂ ਇਹ ਵੀ ਸਭ ਤੋਂ ਵੱਡਾ ਸਵਾਲ ਹੈ ਕਿ ਕੀ ਸੁਖਬੀਰ ਸਿੰਘ ਦਰਬਾਰਾ ਸਿੰਘ ਨੂੰ ਮਾਰਨ ਦੀ ਮੰਸ਼ਾ ਦੇ ਨਾਲ ਉੱਥੇ ਪਹੁੰਚਿਆ ਸੀ, ਕਿਉਂਕਿ ਉਸਦੇ ਨਾਲ ਜੇਕਰ ਦੋ ਸਾਥੀ ਸੀ ਤਾਂ ਉਸਦੀ ਪੂਰੀ ਪਲੈਨਿੰਗ ਕੀ ਸੀ, ਇਹ ਪੂਰਾ ਹੁਣ ਜਿਹੜਾ ਸਾਰਾ ਕੁਝ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਤਾਂ SGPC ਦਫ਼ਤਰ, ਇੱਕ ਹੋਰ ਸਭ ਤੋਂ ਵੱਡਾ ਸਵਾਲ ਕਿ SGPC ਦਾ ਮੁੱਖ ਦਫ਼ਤਰ ਹੋਵੇ, ਉਸਦੇ ਅੰਦਰ ਇਹ ਮੁਲਾਜ਼ਮ ਦੋ ਜਿਹੜੇ ਗੈਰ ਮੁਲਾਜ਼ਮ ਲੋਕਾਂ ਦੇ ਨਾਲ ਪਹੁੰਚਦਾ ਹੈ, ਉੱਥੇ ਦਰਬਾਰਾ ਸਿੰਘ ਦੇ ਨਾਲ ਝਗੜਾ ਹੁੰਦਾ, ਉਸਦਾ ਕਤਲ ਕਰਨ ਤੋਂ ਬਾਅਦ ਉਹ ਬੜੇ ਆਰਾਮ ਦੇ ਨਾਲ ਉੱਥੋਂ ਫਰਾਰ ਹੋ ਜਾਂਦਾ ਹੈ। ਤਾਂ ਇਹ ਵੀ ਇੱਕ ਉੱਥੋਂ ਦੀ ਜਿਹੜੀ, ਕਿਉਂਕਿ ਸੁਰੱਖਿਆ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ SGPC ਦੇ ਹੀ ਜਿਹੜੇ ਮੁਲਾਜ਼ਮ ਨੇ, ਜਿਹੜੀ SGPC ਦੀ ਟਾਸਕ ਫੋਰਸ ਹੈ
ਉਹਨਾਂ ਦੀ ਜ਼ਿੰਮੇਵਾਰੀ ਹੈ। ਤਾਂ ਬਹੁਤ ਸਾਰੇ ਸਵਾਲ ਫਿਲਹਾਲ ਖੜ੍ਹੇ ਹੋ ਰਹੇ ਨੇ, ਪਰ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਕਿ ਇਸ ਮਾਮਲੇ ਦੇ ਉੱਤੇ ਪੁਲਿਸ ਦਾ ਕੀ ਪੱਖ ਹੈ, ਪੁਲਿਸ ਵੱਲੋਂ ਕਿਸ ਤਰੀਕੇ ਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਹੈ, ਕਿਹੜੀਆਂ ਕਿਹੜੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਜਾਂਦਾ। ਔਰ ਦੂਸਰੇ ਪਾਸੇ ਕਿਉਂਕਿ ਸੁਖਬੀਰ ਸਿੰਘ ਦੀ ਤਾਂ ਪਛਾਣ ਹੋ ਹੀ ਚੁੱਕੀ ਹੈ ਕਿਉਂਕਿ ਉਹ ਖੁਦ SGPC ਦਾ ਮੁਲਾਜ਼ਮ ਹੈ, ਤਾਂ ਇਹ ਵੀ ਇੱਕ ਜਾਣਕਾਰੀ ਮਿਲੀ ਹੈ ਕਿ ਦਰਬਾਰਾ ਸਿੰਘ ਔਰ ਸੁਖਬੀਰ ਸਿੰਘ ਦਾ ਆਪਸ ਦੇ ਵਿੱਚ ਕਾਫੀ ਪਿਆਰ ਸੀ, ਪਰ ਆਖਿਰਕਾਰ ਕੀ ਐਸੀ ਵਜ੍ਹਾ ਬਣੀ ਕਿ ਅੱਜ ਉਹ ਉਸਦੇ ਖੂਨ ਦਾ ਪਿਆਸਾ ਹੋ ਗਿਆ, ਉਸਨੇ ਉਸਦੇ ਉੱਤੇ ਜਾਨਲੇਵਾ ਹਮਲਾ ਕਰਤਾ ਔਰ ਉਸ ਤੋਂ ਬਾਅਦ ਕੁਝ ਹੀ ਦੇਰ ਬਾਅਦ ਜਿਹੜੀ ਦਰਬਾਰਾ ਸਿੰਘ ਦੀ ਮੌਤ ਹੋ ਜਾਂਦੀ ਹੈ। ਤਾਂ ਇੱਥੇ ਇੱਕ ਹੋਰ ਜਿਹੜਾ ਤੱਥ ਸਾਹਮਣੇ ਆਇਆ ਕਿ ਦਰਬਾਰਾ ਸਿੰਘ ਦੀ 31 ਅਕਤੂਬਰ ਨੂੰ ਰਿਟਾਇਰਮੈਂਟ ਸੀ, ਤਾਂ ਉਸ ਹਰ ਸ਼ਖਸ ਸੋਚਦਾ ਕਿ ਇੱਕ ਲੰਬੀ ਨੌਕਰੀ ਕਰਨ ਤੋਂ ਬਾਅਦ, ਰਿਟਾਇਰਮੈਂਟ ਤੋਂ ਬਾਅਦ ਆਪਣੇ ਪਰਿਵਾਰ ਦੇ ਨਾਲ ਉਹ ਸਮਾਂ ਬਿਤਾਏਗਾ, ਪਰ ਉਸ ਨੂੰ ਵੀ ਸ਼ਾਇਦ ਇਹ ਜਾਣਕਾਰੀ, ਉਸ ਨੂੰ ਕੀ ਕਿਸੇ ਨੇ ਵੀ ਇਹ ਕਲਪਨਾ ਨਹੀਂ ਸੀ ਕੀਤੀ ਕਿ ਉਸ ਨੂੰ ਡਿਊਟੀ ਦੇ ਦੌਰਾਨ ਉਸਦੇ ਦਫ਼ਤਰ ਦੇ ਵਿੱਚ ਆ ਕੇ ਇੱਕ SGPC ਦਾ ਮੁਲਾਜ਼ਮ ਸਾਥੀ ਹੀ ਇਸ ਤਰੀਕੇ ਦੇ ਨਾਲ ਬੇਰਹਿਮੀ ਦੇ ਨਾਲ ਕਤਲ ਕਰ ਦੇਗਾ। ਤਾਂ ਇੱਕ ਬੜਾ ਹੈਰਾਨ ਕਰਨ ਵਾਲਾ ਮਾਮਲਾ, ਹੁਣ ਇਹ ਦੇਖਣਾ ਹੋਏਗਾ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰਦੀ ਹੈ, ਕਿੰਨੀ ਦੇਰ ਦੇ ਵਿੱਚ ਉਹਨਾਂ ਮੁਲਜ਼ਮਾਂ ਨੂੰ ਕਾਬੂ ਪੁਲਿਸ ਵੱਲੋਂ ਕੀਤਾ ਜਾਂਦਾ। ਫਿਲਹਾਲ ਪੁਲਿਸ ਹੌਸਪੀਟਲ ਦੇ ਅੰਦਰ ਹੈ ਔਰ ਲੰਮਾ ਸਮਾਂ ਅਸੀਂ ਕਹਿ ਸਕਦੇ, ਕਿਉਂਕਿ ਇੱਕ ਲੰਬੀ ਕਾਰਵਾਈ ਹੁੰਦੀ ਹੈ ਜਦੋਂ ਇਸ ਤਰੀਕੇ ਦੇ ਨਾਲ ਕਿਸੇ ਦਾ ਕਤਲ ਕਰ ਦਿੱਤਾ ਜਾਂਦਾ, ਤਾਂ ਪੁਲਿਸ ਵੱਲੋਂ ਪਰਿਵਾਰ ਦੇ ਜਿਹੜੇ ਬਿਆਨ ਨੇ ਉਹ ਦਰਜ ਕੀਤੇ ਜਾਣੇ ਆ, ਔਰ ਦਰਬਾਰਾ ਸਿੰਘ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਜਾਂ ਰਿਸ਼ਤੇਦਾਰ ਨੇ ਉਹ ਵੀ ਹੌਸਪੀਟਲ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ। ਤਾਂ ਹੁਣ ਕਿਉਂਕਿ ਇਸ ਤੋਂ ਬਾਅਦ ਪੋਸਟਮਾਰਟਮ ਦੀ ਕਾਰਵਾਈ ਜਿਹੜੀ ਹੈ ਉਹ ਵੀ ਪੁਲਿਸ ਵੱਲੋਂ ਕੀਤੀ ਜਾਣੀ ਹੈ, ਤਾਂ ਫਿਲਹਾਲ ਇੰਤਜ਼ਾਰ ਕੀਤਾ ਜਾ ਰਿਹਾ ਕਿ ਕਦੋਂ ਪੁਲਿਸ ਅਧਿਕਾਰੀ ਹੌਸਪੀਟਲ ਤੋਂ ਬਾਹਰ ਆਉਂਦੇ ਨੇ ਔਰ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਉੱਤੇ ਕੀ ਪੱਖ ਰਹਿਣ ਵਾਲਾ ਉਸ ਦਾ ਇੰਤਜ਼ਾਰ ਕੀਤਾ ਜਾ ਰਿਹਾ। ਠੀਕ ਹੈ ਰਾਜੀ, ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ। ਫਿਲਹਾਲ ਪਰਿਵਾਰਕ ਮੈਂਬਰ ਹੌਸਪੀਟਲ ਪਹੁੰਚ ਰਹੇ ਨੇ, ਪੁਲਿਸ ਦੇ ਵੱਲੋਂ ਡੰਗਾਈ ਨਾਲ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਵੱਡਾ ਸਵਾਲ ਹੈ ਕਿ ਆਖਿਰਕਾਰ ਖੂਨੀ ਝੜਪ ਤੱਕ ਗੱਲ ਕਿਵੇਂ ਪਹੁੰਚ ਗਈ, ਕਿਵੇਂ SGPC ਮੁਲਾਜ਼ਮ ਦੇ ਵੱਲੋਂ, SGPC ਮੁਲਾਜ਼ਮ ਦਾ ਹੀ ਉਹ ਵੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਵਿੱਚ ਹੀ ਕਤਲ ਕਰ ਦਿੱਤਾ ਜਾਂਦਾ ਹੈ, ਆਖਿਰਕਾਰ ਕਿਸ ਗੱਲ ਨੂੰ ਲੈ ਕੇ ਤਕਰਾਰ ਹੁੰਦੀ ਹੈ, ਕਿ ਪੁਰਾਣੀ ਕੋਈ ਰੰਜਿਸ਼ ਸੀ। ਫਿਲਹਾਲ ਇਹ ਸਾਰਾ ਜਾਂਚ ਦਾ ਵਿਸ਼ਾ ਹੈ ਤੇ ਜਾਂਚ ਤੋਂ ਬਾਅਦ ਚ ਅਸਲੀ ਤੱਥ ਜੋ ਕਿ ਸਾਹਮਣੇ ਆਉਣਗੇ। ब्लाइंस के प्रायोजक एरोट्रो होम्स नियर मोहाली एयरपोर्ट, कॉल 9207492074। इस न्यूज हेडलाइंस के प्रायोजक एरोट्रो होम्स नियर मोहाली एयरपोर्ट, कॉल 9207492074।